ਜਿੱਥੇ ਕੜਾਕੇ ਦੀ ਠੰਡ ਵਿੱਚ ਲੋਕ ਠਿਠੁਰ ਰਹੇ ਨੇ ਉੱਥੇ ਹੀ ਧੁੰਦ ਨੇ ਜੋ ਹੈ ਇੰਨੀ ਵੱਡੀ ਦਸਤਕ ਦਿੱਤੀ ਹੈ ਕਿ ਪੂਰੇ ਮਾਲਵੇ ਇਲਾਕੇ ਨੂੰ ਜੋ ਹੈ ਆਪਣੇ ਆਗੋਸ਼ ਵਿੱਚ ਲਿਆ ਹੋਇਆ ਹੈ। ਸੜਕਾਂ 'ਤੇ ਵਿਜ਼ੀਬਿਲਟੀ ਜੋ ਹੈ ਬਿਲਕੁਲ ਜ਼ੀਰੋ ਹੈ, ਕੁਛ ਵੀ ਦਿਖਾਈ ਨਹੀਂ ਦੇ ਰਿਹਾ ਅਤੇ ਵਾਹਨ ਚਾਲਕਾਂ ਨੂੰ ਕੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਲਾਈਟਾਂ ਜਗਾ ਕੇ ਵੀ ਜੋ ਹੈ ਕੁਝ ਵੀ ਦਿਖਾਈ ਨਹੀਂ ਦੇ ਰਿਹਾ, ਸਿਰਫ 1-2 ਫੁੱਟ ਤੱਕ ਜੋ ਹੈ ਦਿਖਾਈ ਦੇ ਰਿਹਾ ਹੈ, ਉਸ ਦੇ ਨਾਲ ਜੋ ਕਾਫੀ ਵੱਡੀ ਪਰੇਸ਼ਾਨੀ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ। ਇਸ ਵਕਤ ਅਸੀਂ ਫਿਰੋਜ਼ਪੁਰ ਦੇ ਰਾਸ਼ਟਰੀ ਮਾਰਗ 'ਤੇ ਮੌਜੂਦ ਹਾਂ ਜਿੱਥੇ ਕਿ ਵਿਜ਼ੀਬਿਲਟੀ ਬਿਲਕੁਲ ਹੀ ਜ਼ੀਰੋ ਹੈ, ਨਾ ਦੇ ਬਰਾਬਰ ਦਿਖਾਈ ਦੇਣ ਵਾਲੀ ਜੋ ਨੇ ਇੱਥੇ ਸਥਿਤੀ ਬਣੀ ਹੋਈ ਹੈ। ਫਿਲਹਾਲ ਅੱਜ ਦੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਸ਼ਾਮ ਤੱਕ ਮਸਾਂ ਹੀ ਜੋ ਹੈ ਠੰਡ ਦੂਰ ਹੋਵੇਗੀ, ਨਾ ਨਾਲ ਜੋ ਗੱਲ ਕੀਤੀ ਜਾਵੇ ਤਾਂ ਧੁੰਦ ਦੀ ਤਾਂ ਧੁੰਦ ਇੰਨੀ ਜ਼ਿਆਦਾ ਹੈ ਕਿ ਕੁਝ ਵੀ ਦੇਖਣਾ ਇੱਥੇ ਜੋ ਹੈ ਨਾਮੁਮਕਿਨ ਹੈ। ਫਿਲਹਾਲ ਵਾਹਨ ਚਾਲਕਾਂ ਨੂੰ ਅਪੀਲ ਹੈ ਕਿ ਧਿਆਨ ਰੱਖਦੇ ਹੋਏ ਫੋਗ ਲਾਈਟਾਂ ਚਲਾਉਂਦੇ ਹੋਏ ਜੋ ਹੈ ਆਪਣਾ ਸਫ਼ਰ ਤੈਅ ਕਰਨ ਅਤੇ ਲੋਕ ਜੋ ਹੈ ਘਰਾਂ ਵਿੱਚ ਹੀ ਰਹਿਣ ਦੇ, ਉਹਨਾਂ ਨੂੰ ਜੋ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਪੀਲ ਵੀ ਕੀਤੀ ਗਈ ਹੈ। ਫਿਲਹਾਲ ਵੇਖਣਾ ਇਹ ਹੈ ਕਿ ਅੱਜ ਦੇ ਦਿਨ ਜੋ ਹੈ ਧੁੰਦ ਕਦੋਂ ਤੱਕ ਹਟਦੀ ਹੈ ਅਤੇ ਲੋਕ ਆਪਣੀ ਮੰਜ਼ਿਲ ਤੱਕ ਸਫ਼ਰ ਤੈਅ ਕਰ ਸਕਣਗੇ। ਫਿਰੋਜ਼ਪੁਰ ਤੋਂ ਕੈਮਰਾ ਪਰਸਨ ਰਾਜੇਸ਼ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ।